ਅਤੇ ਝੜੇ ਨਾਰੇ ਲਾ ਦੇ ਦੋ ਚਾਰ ਕਾਂਗਰਸ ਪਾਰਟੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਭੈਣ ਸੁਰਿੰਦਰ ਕੌਰ ਜਿੰਦਾਬਾਦ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਤੁਹਾਨੂੰ ਕਾਫੀ ਸਾਰਾ ਉਤਸ਼ਾਹ ਮਿਲ ਰਿਹਾ ਲੋਕਾਂ ਵੱਲੋਂ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪ੍ਰਤੱਖ ਪ੍ਰੂਫ ਹੈ ਔਰ ਭਰਵਾ ਸਮਰਥਨ ਦਾਸੀ ਨੂੰ ਜਿਹੜੇ ਵੋਟ ਬੋਲ ਹੋਣੇ ਆ ਤੇ ਆਮ ਪਬਲਿਕ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਪਬਲਿਕ ਨੂੰ ਇਹੀ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਮੈਸੇਜ ਇਹ ਦੇਣਾ ਚਾਹੁੰਦੀ ਕਿ ਜਿੱਦਾਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਤੁਸੀਂ ਦਲ ਬਦਲਵਾਂ ਨੂੰ ਸਭ ਸਿਖਾਇਆ ਇਹ ਤਾਂ ਹੋ ਗਿਆ ਪੈਟਰੋਲ ਬਸਰ ਆਇਆ
ਸਭ ਤੋਂ ਪਹਿਲਾਂ ਮੈਂ ਸਾਰੀ ਆਪਣੇ ਵਾਰਡ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਜਿੱਦਾਂ ਸਾਡੇ ਮਾਤਾ ਸੁਰਿੰਦਰ ਕੌਰ ਜੀ ਸਾਡੇ ਘਰ ਆਏ ਹੋਏ ਆ, ਸਾਡੇ ਲਈ ਬੜੀ ਮਾਣ ਵਾਲੀ ਗੱਲ ਆ। ਇੱਕ ਨਾਰੀ ਸ਼ਕਤੀ ਨੂੰ ਟਿਕਟ ਮਿਲੀ ਹੋਈ, ਪਹਿਲੀ ਵਾਰੀ ਇਤਿਹਾਸ ਜਿੱਦਾਂ ਹੋਇਆ ਕਿ ਇੱਕ ਔਰਤ ਨੂੰ ਜਲੰਧਰ ਵੈਸਟ 'ਚੋਂ ਟਿਕਟ ਮਿਲੀ ਹੋਈ ਆ, ਸਾਡੇ ਲਈ ਬੜੀ ਮਾਣ ਵਾਲੀ ਗੱਲ ਆ। ਹੁਣ ਮੈਂ ਤੁਹਾਡੇ ਮੀਡੀਆ ਰਾਹੀਂ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਵੋਟ ਪਾ ਕੇ ਸਾਡੇ ਮਾਤਾ ਜੀ ਨੂੰ ਕਾਮਯਾਬ ਕਰੋ, ਤਾਂ ਜੋ ਇਹ ਵਿਧਾਨ ਸਭਾ ਵਿੱਚ ਜਾ ਕੇ ਤੁਹਾਡੀ ਆਵਾਜ਼ ਨੂੰ ਬੁਲੰਦ ਕਰ ਸਕਣ, ਅਤੇ ਅਸੀਂ ਸਿਹਤ ਸਿੱਖਿਆ ਰੁਜ਼ਗਾਰ ਦਾ ਮਾਡਲ ਲੈ ਕੇ ਆਵਾਂਗੇ, ਅਤੇ ਸਭ ਤੋਂ ਪਹਿਲੀ ਲੜਾਈ ਸਾਡੀ ਨਸ਼ੇ ਨਾਲ ਹੋਏਗੀ, ਅਤੇ ਇਹਦੇ ਵਿੱਚ ਤੁਸੀਂ ਸਾਨੂੰ ਵੱਧ ਤੋਂ ਵੱਧ ਅਸੀਂ ਤੁਹਾਡੇ ਇਸ ਮੀਡੀਆ ਰਾਹੀਂ ਅਸੀਂ ਸਾਥ ਮੰਗਦੇ ਹਾਂ। ਬੜੇ ਕਾਰਗੁਜ਼ਾਰੀ ਬਿਲਕੁਲ ਹੀ ਜ਼ੀਰੋ ਆ ਉਹਨਾਂ ਦੀ। ਹੁਣ ਭਗਵੰਤ ਮਾਨ ਸਾਹਿਬ ਜਦੋਂ ਦੇ ਆਏ ਆ, ਇੱਕ ਹਫ਼ਤਾ ਉਹਨਾਂ ਨੇ ਜ਼ੋਰ ਲਾਇਆ ਹੋਇਆ ਪੂਰਾ ਕਿ ਸਫਾਈਆਂ ਕਰਾ ਸਕਣ, ਕਿ 2.5 ਸਾਲ ਪਹਿਲਾਂ ਇਹ ਸੁੱਤੇ ਪਏ ਸੀਗੇ, ਅਤੇ ਇਹ ਸਰਕਾਰ ਦੀਆਂ ਨਾਕਾਮੀਆਂ। ਹੁਣ ਮੈਂ ਤਾਂ ਕਹਿੰਦਾ ਵੀ ਹਾਂ ਕਿ ਭਗਵੰਤ ਮਾਨ ਸਾਹਿਬ ਨੂੰ ਨੈਤਿਕਤਾ ਦੇ ਅਧਿਕਾਰ 'ਤੇ ਆਪਣਾ ਅਸਤੀਫਾ ਦੇਣਾ ਚਾਹੀਦਾ ਆ, ਕਿਉਂਕਿ ਇਹਨਾਂ ਨੇ ਕੋਈ ਵੀ ਇੱਕ ਵੀ ਕੰਮ ਕੋਈ ਕੀਤਾ ਨਹੀਂ।